ਇਹ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣ ਮੰਡੀਆਂ ਦੇ ਵਿੱਚ ਕਿਸਾਨਾਂ ਲਈ ਖੜੀ ਹੋਈ ਨਵੀਂ ਮੁਸੀਬਤ ਕਿਸਾਨ ਹੋ ਰਹੇ ਨੇ ਪਰੇਸ਼ਾਨ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਇੱਕ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਅੱਜ ਬਦਲਦੇ ਮੌਸਮ ਦੀ ਪਹਿਲੀ ਬਾਰਸ਼ ਦੇ ਕਾਰਨ ਕਿਸਾਨਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿੱਥੇ ਇੱਕ ਪਾਸੇ ਸਕੇਤਾਂ ਦੇ ਵਿੱਚ ਖੜੀਆਂ ਪਿਆਰ ਫਸਲਾਂ ਮੀਂਹ ਦੇ ਕਾਰਨ ਗਿੱਲੀ ਹੋ ਗਈ ਹੈ ਦੂਜੇ ਪਾਸੇ ਮੰਡੀ ਦੇ ਵਿੱਚ ਵਿਕਰੀ ਲਈ ਆਈ ਹੋਈ ਫਸਲ ਵੀ ਭਿੱਜ ਗਈ ਹੈ ਕਿਸਾਨ ਆਪਣੀ ਫਸਲ ਨੂੰ ਹੀ ਮੀਂਹ ਦੇ ਵਿੱਚ ਇਸ ਤਰ੍ਹਾਂ ਭਿੱਜਦਾ ਵੇਖ ਕੇ ਪਰੇਸ਼ਾਨ ਹੋ ਰਿਹਾ ਹੈ ਉੱਧਰ ਸਰਕਾਰ ਦੇ ਵੱਲੋਂ ਖਰੀਦਿਆ ਗਿਆ ਝੋਨਾ ਜਿਸ ਨੂੰ ਬੋਰੀਆਂ ਵਿੱਚ ਰੱਖਿਆ ਗਿਆ ਸੀ ਉਹ ਵੀ ਗਿੱਲਾ ਹੋ ਗਿਆ ਹੈ ਮੰਡੀ ਦੇ ਸਕੱਤਰ ਅਨੁਸਾਰ ਬੋਰੀਆਂ ਦੇ ਵਿੱਚ ਰੱਖੇ ਝੋਨੇ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਆੜਤੀਆਂ ਦੀ ਹੈ ਸੌਣੀ ਦੀ ਅਨਾਜ ਮੰਡੀ ਦੇ ਵਿੱਚ ਐਤਵਾਰ ਨੂੰ ਘਾਟਾ ਆਮਦਨ ਦੇ ਕਰਨ ਲਿਫਟਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਅੰਬਾਲਾ ਕੈਂਟ ਅਨਾਜ ਮੰਡੀ ਦੇ ਵਿੱਚ ਝੋਨਾ ਵੇਚਣਾ ਇੱਕਸਾਨਾਂ ਨੇ ਝੋਨੇ ਦੀ ਨਵੀਂ ਨਸਲ ਨੂੰ ਲਈ ਧਰਤੀ ਤੇ ਬਿਛਾਇਆ ਸੀ ਪਰ ਮੀਂਹ ਨੇ ਸਭ ਕੁਝ ਖਰਾਬ ਕਰ ਦਿੱਤਾ ਕਿਸਾਨਾਂ ਨੇ ਇਸ ਦੇ ਬਾਰੇ ਆਪਣਾ ਗੁੱਸਾ ਜ਼ਾਹਰ ਕਰਦੇ ਆਖਿਆ ਕਿ ਸਰਕਾਰ ਤੇ ਕਿਸਾਨਾਂ ਨੂੰ ਕਿਸਾਨਾਂ ਲਈ ਛੱਡ ਬਣਾਏ ਹਨ ਸਰਕਾਰ ਦੇ ਵੱਲੋਂ ਖਰੀਦੇ ਗਏ ਝੋਨੇ ਨੂੰ 6 ਹੀਠਾਂ ਰੱਖਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਝੋਨਾ ਖੁੱਲੇ ਵਿੱਚ ਸਾਕਾਉਂ ਲਈ ਮਜਬੂਰ ਹਾਂ ਤੇ ਫਿਰ ਮੀਨਾ ਸਾਰਾ ਝੋਨਾ ਗੱਲਾ ਹੋ ਗਿਆ ਹੈ। ਸਾਨੂੰ ਬਹੁਤ ਨੁਕਸਾਨ ਹੋਇਆ ਇਸ ਦਾ ਕਾਰਨ ਦੇਰੀ ਦੇ ਨਾਲ ਖਰੀਦ ਸ਼ੁਰੂ ਕਰਨਾ ਹੈ ਜਿਸ ਕਾਰਨ ਸਰਕਾਰਾਂ ਨੂੰ ਇਹ ਸਾਨੂੰ ਖੱਜਲ ਖਰਾਬ ਹੋਣਾ ਪੈ ਰਿਹਾ ਜੀ ਉਹਨਾਂ ਨੇ ਆਖਿਆ ਕਿ ਜੇਕਰ ਝੋਨੇ ਦੀ ਖਰੀਦ ਸਮੇਂ ਸਿਰ ਸ਼ੁਰੂ ਕੀਤੀ ਜਾਂਦੀ ਤਾਂ ਕਿਸਾਨਾਂ ਨੂੰ ਲਾਭ ਹੋਣਾ ਸੀ ਦੂਜੇ ਪਾਸੇ ਮੰਡੀ ਦੇ ਆਰਤੀਆਂ ਨੇ ਐਤਵਾਰ ਨੂੰ ਸਵੇਰੇ 11 ਵਜੇ ਫਿਰ ਐਤਵਾਰ ਨੂੰ ਖਰੀਦ ਬੰਦ ਹੋਣ ਦੇ ਕਾਰਨ ਬੋਲੀ ਨਹੀਂ ਦਿੱਤੀ ਕਿ ਜਿਸ ਕਾਰਨ ਦਾ ਕਾਰਨ ਇਹ ਹੈ ਕਿ ਅੱਜ ਅਜਬ ਵਧੇਰੇ ਲਿਫਟਿੰਗ ਹੋ ਰਹੀ ਹੈ ਐਤਵਾਰ ਨੂੰ ਬਾਜ਼ਾਰ ਦੇ ਵਿੱਚ ਆਮਦ ਘਟ ਜਾਂਦੀ ਹੈ ਜਿਸ ਕਰਕੇ ਲਿਫਟਿੰਗ ਦਾ ਵਧੇਰੇ ਧਿਆਨ ਦਿੱਤਾ ਜਾਂਦਾ ਹੈ ਅੱਜ ਮੀਂਹ ਵਿੱਚ ਖੁੱਲੇ ਪੈਚੂ ਨੇ ਇਹਨਾਂ ਨੂੰ ਦਰਪਾਲਾਂ ਦੇ ਨਾਲ ਟਕਿਆ ਗਿਆ ਧੰਨਵਾਦ